ਐ ਜਨਾਬ ਭੁੱਜੇ ਚਨੇ ਵੇਚਦੇ ਨਾ ਉੱਥੇ ਬੱਸਾਂ ਚ, ਚਾਬਲੋ 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 ਚਨੇ, ਚਾਬਲੋ ਚਾਬਲੋ ਦੇਸੀ ਕਿਲਾ ਚਨੇ, ਭੁੱਜੇ ਚਨੇ, ਇਹ ਉਹ ਚਨੇ ਨੇ ਜਨਾਬ ਜਿਹੜੇ ਫਰਾਂਸ ਵਿੱਚ ਤੁਹਾਨੂੰ ਲੱਭ ਜਾਂਦੇ ਨੇ, ਮੋਟੇ ਮਸਰ। ਪਾਕਿਸਤਾਨ ਚ ਪੱਕੇ ਹੋਣ ਤੇ ਜਿੰਨੀ ਦੇਰ ਤੱਕ ਬੁਰਕੀ ਦੇ ਵਿੱਚ ਦੋ ਤਰ੍ਹਾਂ ਕੋਟਕੂ ਨਾ ਹੋਣ, ਉਨੀ ਦੇਰ ਤੱਕ ਮਸਰਾਂ ਦਾ ਪਤਾ ਨੀ ਲੱਗਦਾ ਕਿ ਮਸਰ ਪੱਕੇ ਨੇ। ਕੋਟਕੂ ਕੜਕ ਕਰਦੇ ਦੰਦ ਥੱਲੇ, ਇੱਥੇ ਨੀ ਕਦੀ ਹੋਇਆ। ਬੜੀ ਦੇਰ ਤੇ ਖਾ ਰਿਹਾ ਮਸਰ ਸਾਬਤ, ਔਰ ਕੋਟਕੂ ਦਾ ਨਾਮੋ ਨਿਸ਼ਾਨ ਨਹੀਂ। ਅਗਰ ਇਹਨਾਂ ਮੁਲਕਾਂ ਚ ਸਾਡੇ ਮੁਲਕਾਂ ਤੋਂ ਚੀਜ਼ਾਂ ਆ ਕੇ ਅੱਛੀਆਂ ਹੁੰਦੀਆਂ ਨੇ, ਤੇ ਸਾਡੇ ਮੁਲਕਾਂ ਦੇ ਵਿੱਚ ਵਿਚਾਰਿਆ ਗਰੀਬਾਂ ਲੋਕਾਂ ਲਈ ਜਿਹੜੇ ਨਾ ਭੈੜੀਆਂ ਦਿੱਤੀਆਂ ਜਾਂਦੀਆਂ ਨੇ। ਫਿਉਣੀਆਂ ਫਿਉਣੀਆਂ ਹਾਂਜੀ, ਦੁੱਧ ਪਾ ਕੇ ਖਾਣ ਵਾਲੀਆਂ ਹਾਂਜੀ। ਇਹ ਕਰੀਮਾਂ ਵੀ ਪਈਆਂ ਨੇ ਇੱਥੇ ਜੀ, ਗੋਟੇ ਗਿੱਡੇ ਜਿਹੜੇ ਨਾ, ਗੋਡੇ ਗਿੱਟੇ, ਰੰਗ ਰੁੰਗ ਲਵੋ। ਲੈ ਜੀ, ਫਰਾਂਸ ਮੇਂ ਇੱਕ ਪਾਕਿਸਤਾਨੀ ਦੁਕਾਨ ਜਿਸਮੇ ਫਰੈਂਚ ਸੌਦਾ ਵੀ ਆਇਆ, ਔਰ ਪਾਕਿਸਤਾਨੀ ਔਰ ਇੰਡੀਆ ਸੇ ਜੋ ਇੰਪੋਰਟ ਹੋ ਕੇ ਯਹਾਂ ਪੇ ਚੀਜ਼ੇ ਆਤੀ ਹੈ ਵੋ ਵੀ ਹੈ। ਤੋ ਯੇ ਪਹਿਲੇ ਸਬਜ਼ੀਆਂ ਹੈ, ਅੰਦਰ ਜਾ ਕੇ ਆਪਕੋ ਇਸ ਵੀਡੀਓ ਮੇਂ ਮੈਂ ਦਿਖਾਤਾ ਹੂੰ ਕਿ ਯਹਾਂ ਪਰ ਪਾਕਿਸਤਾਨੀ ਔਰ ਇੰਡੀਅਨ ਚੀਜ਼ੇ ਕੌਨ ਕੌਨ ਸੀ ਹੈ। ਤੋ ਚਲੇ ਅੰਦਰ ਚਲਦੇ ਹਾਂ ਜਨਾਬ, ਯੇ ਸਟੋਰ ਕੇ ਅੰਦਰ ਹਮ ਆ ਗਏ। ਯੇ ਤੋ ਸਾਰੀ ਵਹੀ ਜੋ ਚੀਜ਼ ਹੈ ਨਾ, ਚਿਪਸ ਵਗੈਰਾ ਔਰ ਸਾਰਾ ਕੁਛ, ਠੀਕ ਹੈ ਨਾ। ਔਰ ਯੇ ਫਰਿੱਜ ਕੇ ਆਈਟਮ, ਯੇ ਸਾਰੀ ਜੋ ਚੀਜ਼ੇ ਵੀ ਆਪਕੋ ਨਜ਼ਰ ਆ ਰਹੀ ਹੈ ਨਾ, ਯੇ ਵੋ ਹੈ ਜੋ ਮਤਲਬ ਹੈ ਫਰੈਂਚ ਆਈਟਮਸ ਹੈ, ਜੋ ਫਰੈਂਚ ਲੋਕ ਖਾਤੇ ਹੈ, ਠੀਕ ਹੈ ਨਾ। ਯੇ ਸਾਰਾ ਬਹੁਤ ਬੜਾ ਸਟੋਰ ਹੈ ਮਾਸ਼ਾਅੱਲਾ। ਯੇ ਹਮਾਰੇ ਇੱਕ ਪਾਕਿਸਤਾਨੀ ਭਾਈ ਹੈ ਯਾਸਰ ਇਕਬਾਲ, ਜਿਨਕਾ ਤਾਲੁਕ ਗੁਜਰਾਤ ਸੇ ਹੈ, ਉਨਕੇ ਦੋ ਸਟੋਰ ਹੈ ਇਸ ਸ਼ਹਿਰ ਮੇਂ, ਤਲੂਸ ਸ਼ਹਿਰ ਮੇਂ। ਤੋ ਯੇ ਜਨਾਬ ਆਪਕੋ ਉਨਕਾ ਮੈਂ ਸਟੋਰ ਦਿਖਾ ਰਹਾ ਹੂੰ, ਲੇਕਿਨ ਇਸ ਵੀਡੀਓ ਮੇਂ ਜ਼ਿਆਦਾਤਰ ਮੈਂ ਆਪਕੋ ਵਹੀ ਦਿਖਾਉਂਗਾ ਕਿ ਜੋ ਯਹਾਂ ਪੇ ਪਾਕਿਸਤਾਨੀ ਔਰ ਇੰਡੀਅਨ ਪ੍ਰੋਡਕਟਸ ਹੈ, ਜੋ ਹਮਾਰੀ ਦੇਸੀ ਕਮਿਊਨਿਟੀ ਯਹਾਂ ਆ ਕੇ ਖਰੀਦਤੀ ਹੈ ਔਰ ਖਾਤੀ ਹੈ, ਠੀਕ ਹੈ ਨਾ। ਯੇ ਜਨਾਬ ਇਸ ਕੇ ਹਮ ਦੂਸਰੇ ਹਾਲ ਮੇਂ ਆ ਗਏ, ਇਸ ਹਾਲ ਮੇਂ ਵੀ ਚੀਜ਼ੇ ਪੜੀ ਹੋਈ ਹੈ ਜਨਾਬ, ਠੀਕ ਹੈ ਨਾ, ਦੇਖ ਸਕਦੇ ਹੈ। ਅੱਛਾ ਯੇ ਦੇਖੇ ਜਨਾਬ, ਕੁਛ ਚੀਜ਼ੇ ਯੇ ਪੜੀ ਹੋਈ ਹੈ, ਮਸਾਲੇ ਵਗੈਰਾ। ਯੇ ਜਨਾਬ ਯਹਾਂ ਪੇ ਪਾਕਿਸਤਾਨੀ ਜੋ ਨਾ ਚੀਜ਼ੇ ਹੈ, ਮੇਡ ਇਨ ਪਾਕਿਸਤਾਨ ਔਰ ਇੰਡੀਆ, ਠੀਕ ਹੈ ਜੀ। ਇੱਕ ਸਾਈਡ ਸੇ ਸਟਾਰਟ ਕਰਦੇ ਹੈ, ਠੀਕ ਹੈ ਨਾ। ਯੇ ਦੇਖੇ ਆਟਾ ਵਗੈਰਾ ਪੜਾ ਹੁਆ ਹੈ, ਯੇ ਦੇਖੇ ਜਨਾਬ ਯਹਾਂ ਪੇ ਮਸਾਲਾ ਜਾਤ ਹੈ, ਦਾਦਰ ਮਿਰਚਾਂ, ਮੋਟੀ ਮਿਰਚ, ਚਿੱਲੀ ਕ੍ਰਸ਼ਟ, ਯੇ ਵੀ ਜਨਾਬ ਯਹਾਂ ਪੇ ਮੌਜੂਦ ਹੈ, ਠੀਕ ਹੈ ਨਾ ਜੀ। ਇਲਾਇਚੀ, ਸਬਜ਼ ਇਲਾਇਚੀ, ਧਨੀਆ ਪਾਊਡਰ, ਠੀਕ ਹੈ ਨਾ ਜੀ, ਜ਼ੀਰਾ ਔਰ ਯੇ ਪਾਊਡਰ ਹੈ ਇਨਕੇ, ਹਲਦੀ, ਯੇ ਜਨਾਬ ਹਲਦੀ, ਠੀਕ ਹੈ ਜੀ, ਕਿਲੋ ਕਾ ਪੈਕਟ। ਸੇਵੀਆਂ, ਨੈਸ਼ਨਲ ਕੀ ਸੇਵੀਆਂ, ਮੇਡ ਇਨ ਪਾਕਿਸਤਾਨ, ਠੀਕ ਹੈ ਜਨਾਬ। ਫਿਉਣੀਆਂ ਫਿਉਣੀਆਂ ਹਾਂਜੀ, ਦੁੱਧ ਪਾ ਕੇ ਖਾਣ ਵਾਲੀਆਂ, ਜੇ ਜਨਾਬ ਯੇ ਵੀ ਮੇਡ ਇਨ ਪਾਕਿਸਤਾਨ, ਠੀਕ ਹੈ ਜਨਾਬ। ਕੇਕ ਰਸ, ਸੁੱਕੇ ਕੇਕ ਜਿਹੜੇ ਚਾਹ ਨਾ ਖਾਈ ਦੇਣ, ਯੇ ਦੇਖੇ ਕਿਆ ਬਾਤ ਹੈ ਜਨਾਬ, ਠੀਕ ਹੈ ਜੀ। ਆਪਕੋ ਯੇ ਸਾਰੀ ਚੀਜ਼ੇ ਵੋ ਮਿਲੇਂਗੀ ਜੋ ਪਾਕਿਸਤਾਨ ਕੀ ਹੈ ਬਣੀ ਹੋਈ ਜਾਂ ਇੰਡੀਆ ਕੀ ਬਣੀ ਹੋਈ ਹੈ, ਠੀਕ ਹੈ ਜਨਾਬ। ਯੇ ਜਨਾਬ ਯੇ ਚਾਵਲ, ਯੇ ਯਹਾਂ ਪੇ ਚਾਵਲ ਕਾ ਤੋੜ, ਪੰਜਾਬ ਰਾਈਸ ਹੈ ਜਨਾਬ, ਠੀਕ ਹੈ ਨਾ। ਔਰ ਇਸਕੇ ਸਾਥ ਸਾਥ ਯਹਾਂ ਪੇ ਗਾਰਡ ਰਾਈਸ ਵੀ ਹੈ, ਯੇ ਦੇਖੇ ਨਾ, ਗਾਰਡ ਲਾਹੌਰ ਕੇ ਜੋ ਗਾਰਡ ਵਾਲੇ ਹੈ ਨਾ, ਇਹ ਉਨਕੇ ਰਾਈਸ ਹੈ, ਠੀਕ ਹੈ, ਗਾਰਡ ਰਾਈਸ ਹੋ ਗਏ, ਠੀਕ ਹੈ ਜੀ। ਆਟਾ ਹੈ ਦੋ ਤਿੰਨ ਕਿਸਮ ਕਾ, ਯੇ ਵੀ ਆਟਾ ਹੈ, ਯੇ ਵੀ ਆਟਾ ਹੈ, ਔਰ ਯੇ ਵੀ ਆਟਾ ਹੈ, ਸਹੀ ਹੈ ਜੀ, ਯੇ ਵੀ ਆਟਾ ਹੈ ਔਰ ਯੇ ਵੀ ਆਟਾ ਹੈ। ਅੱਛਾ ਮਜ਼ੇ ਕੀ ਬਾਤ ਯੇ ਹੈ ਕਿ ਯੇ ਆਟਾ ਜੋ ਹੈ ਨਾ, ਇਨ ਪੇ ਲਿਖਾ ਹੋਇਆ ਜੀ ਪੰਜਾਬ ਆਟਾ ਔਰ ਦੇਸੀ ਆਟਾ ਔਰ ਇਸ ਤਰ੍ਹਾਂ ਕੀ ਚੀਜ਼ੇ, ਲੇਕਿਨ ਯੇ ਸਾਰਾ ਇਹ ਫਰਾਂਸ ਕਾ ਹੀ ਹੈ, ਯਾਨੀ ਕਿ ਫਰਾਂਸ ਮੇਂ ਵੀ ਗੰਦਮ ਹੋਤੀ ਹੈ, ਬਹੁਤ ਜ਼ਿਆਦਾ ਗੰਦਮ ਹੋਤੀ ਹੈ, ਯਹਾਂ ਪੇ ਖੇਤ ਹੈ ਔਰ ਯਹਾਂ ਪੇ ਹੀ ਚੱਕੀਆਂ ਹੈ, ਜਦੀਦ ਤਰੀਨ ਚੱਕੀਆਂ, ਔਰ ਯੇ ਆਟਾ ਉਨਮੇਂ ਬਣਤਾ ਹੈ ਔਰ ਨਾਮ ਵੀ ਵੈਸੇ ਹੀ ਰੱਖ ਲੇਤਾ ਹੈ, ਲੇਕਿਨ ਬੇਸਿਕਲੀ ਯੇ ਫਰਾਂਸ ਮੇਂ ਹੀ ਆਟਾ ਜੋ ਹੈ ਨਾ ਪੀਸਾ ਜਾਂਦਾ ਹੈ ਜੀ, ਚੱਕੀਆਂ ਇੱਥੇ ਪੀਨੀਆਂ ਨੇ। ਅੱਛਾ ਅਭੀ ਆ ਜਾਏ ਜਨਾਬ ਇਸ ਸਾਈਡ ਪੇ, ਯੇ ਜਨਾਬ ਖੀਰ ਮਿਕਸ, ਹਾਂਜੀ ਖੀਰ ਮਿਕਸ ਹੈ, A1 ਖੀਰ ਮਿਕਸ, A1 ਕੰਪਨੀ ਦਾ ਨਾਂ ਹੈ, ਠੀਕ ਹੈ ਜੀ। ਯੇ ਜਨਾਬ ਚਿਕਨ ਟਿੱਕਾ ਮਸਾਲਾ, ਬਟਰ ਚਿਕਨ, ਲਖਨਊ ਬਿਰਿਆਨੀ, ਪੰਜਾਬੀ ਯਖਨੀ ਪਲਾਓ ਬਿਰਿਆਨੀ, ਸਿੰਧੀ ਬਿਰਿਆਨੀ, ਅਤੇ ਜਨਾਬ ਬਿਰਿਆਨੀ ਇਹ ਮਲਕਾ ਹੈਗੀ ਹੈ ਜਨਾਬ, ਮਲਕਾ ਇਹ ਮੇਰਾ ਖਿਆਲ ਹੈ ਮੇਡ ਇਨ ਕਿੱਥੋਂ ਦਾ ਹੈਗਾ ਜਨਾਬ, ਮੇਡ ਇਨ ਪ੍ਰੋਡਕਟ ਆਫ ਪਾਕਿਸਤਾਨ, ਇਹ ਮਲਕਾ ਕੰਪਨੀ ਹੈ, ਇਹ ਉਹਨਾਂ ਦੇ ਮਸਾਲੇ ਨੇ। ਦੇਖੋ ਜਨਾਬ ਚਨੇ, ਯੇ ਵੀ ਹਮਾਰੇ, ਯੇ ਜੀ ਅੰਜੂ, ਯਾਨੀ ਕਿ ਹਮਾਰੇ ਮੁਲਕੋ ਕੀ ਹੈ, ਯੇ ਮੇਡ ਇਨ ਇੰਡੀਆ ਹੈ, ਠੀਕ ਹੈ ਜੀ, ਯੇ ਇੰਡੀਅਨ ਹੈ, ਇੰਡੀਅਨ ਚਨੇ, ਇਤਨੇ ਖੂਬਸੂਰਤ ਯਹਾਂ ਪੇ ਦਾਲੇ ਔਰ ਚਨੇ ਹੋਤੇ ਹੈ ਕਿ ਆਪਨੇ ਯੇ ਪੈਕਟ ਕੈਂਚੀ ਕੇ ਸਾਥ ਖੋਲਣਾ ਔਰ ਸਿੱਧਾ ਹਾਂਡੀ ਮੇਂ ਡਾਲ ਦੇ ਔਰ ਬਿਲਕੁਲ ਇਸਕੋ ਸਾਫ਼ ਕਰਨੇ ਕੀ ਕੋਈ ਜ਼ਰੂਰਤ ਨਹੀਂ ਹੈ, ਕੋਈ ਇਹਦੇ 'ਚ ਗੰਦ ਨਹੀਂ, ਕੋਈ ਕਿਰਕ ਘੱਟਾ ਕੋੜਕੂ ਕਾਕੰਡਾ ਨਹੀਂ, ਠੀਕ ਹੈ ਨਾ।
मोटे मसर पाकिस्तान च पके होने जिन्नी देर तक बुरकी दे दो तरह कोड़कू ना होनी देर तक मसरां का पता नहीं लगता कि मसर पके ने कोड़कू कड़क कर दें दंद थले इथे नहीं कदी होया बड़ी देर से खा रहे मसर साबत और कोड़कू का नामो निशान नहीं अगर इन्होंने मुल्क साढ़े मुल्क तो चीजा आके अच्छी होंगे ने तो साढ़े मुल्क बेचारा गरीबा लोगों लिए जो भैड़िया दी जाए ने अच्छी चीज जो वो निकाल के रख ली जाती है जी बाहर कल नहीं है उतो डालर यूरो पाउंड मिलने ने ते पाकिस्तान के जेडे वाम है उन्होंने जरा टोटा छटियां फूकिया जिड़िया चीजा होंगे ना नकू वह खुआल देने अच्छा जी होर अचार लो जी ए आ गया अचार नैशनल वाले का मिक्स अचार खैर है तो पाकिस्तान भी मिल जाता है लेकिन ये वीडियो बनाने का मकसद ये है कि यहां आपको हर चीज मिल जाती है ठीक है जी देसी घी अल्लाह जा घ्यो घ्यो दियां ताकत है जी हूं तो खाती कोई नवी नसल प्योर घी है जी ये जनाब देसी घी है ये कहां का बना हुआ है क्या जनाब अच्छा ये जनाब पाकिस्तान इंडिया का नहीं है ये यहां का ही है ठीक है ना ये आयरलैंड का बना हुआ है प्योर घी ठीक है जनाब ए दालां तुहानू दिखाईआं ने ठीक है और क्या रह गया पत्ती ये जनाब चाय की पत्ती वाइटल वालों की है ठीक है ना इसके अलावा ये भी है जी पीजी वालों की भी है क्या बात है ठीक है जनाब ये छोटी सी वीडियो थी मैंने कहा कि आपको ये जनाब मैं दिखा दूं कि हाँ चने मैं वही ढूंढ रहा था ए जनाब भुजे चने बेचते ना इतने बसा च चाबलो 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 चने चाबलो चाबलो देसी किला चने भुजे चने ओ चने ने जनाब जो फ्रांस भी तुम लभ जाते हैं होर की सी इतने साग भी पिया हों मेरा हर साग गया मुक इस तरह का डब्बा जिस तरह घ्यो का तुम विखाया इस तरह साग भी इतने होंगे साग जनाब पक्का होंगे घुटिया होंगे सिर्फ तुम कट के घर जाके तड़का लाना होंगे इन तड़का ला के खा लिया रूह अफजा जनाब रूह अफजा राहत जा रूह अफजा पाकिस्तान सब तो मशहूर शरबत रूह अफजा ठीक है जी होर भी पे ने करीमा हाँ जी क्रीमा भी पईयां ने इत्थे जी गोटे गिड्डे जिहड़े ना गोडे गिट्टे रंग रूंग लवो ए जनाब चांदनी है ए जनाब दू क्रीम है पता नहीं कादी कादी क्रीमा ने साडा इन्हां नाल की तल्लक है आहां कड़ी कदे लाईए ठीक है जी तो दोस्तों ये थी छोटी सी वीडियो फ्रांस का शहर तुलूज और वहां पर एक स्टोर जहां पर पाकिस्तानी और फ्रेंच आइटम्स है और पाकिस्तानी आइटम आपको दिखाएंगे कौन कौन सी है जहां रहे खुश रहे मजीद वीडियोस के लिए इस चैनल को जरूर सब्सक्राइब करें ताकि आपको दुनिया भर से इन्फॉर्मेटिव और मजेदार किस्म की वीडियोस मिलती रहें देखते रहिए मिस्टर बेग यूट्यूब चैनल और औरंगजेब बेग जर्नलिस्ट फेसबुक चैनल अल्लाह हाफिज़